ਐਸਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਸਰਦਾਰ ਸਤਿੰਦਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਆ ਭੈੜੇ ਅੰਸਰਾਂ ਸੰਬੰਧ ਵਿੱਚ ਮੌਕੇ 'ਤੇ ਗਸ਼ਤ ਮੌਜੂਦ ਸੀ ਇਲਾਕਾ ਦੌਰਾਨ ਗਸ਼ਤ ਆਪਣੇ SHO ਸਾਹਿਬ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋ ਰਤਨ ਦੀ ਸਾਈਡ ਤੋਂ ਜਿਹੜਾ ਸੈਕਿੰਡ ਲਾਈਨ 500 ਉੱਪਰ ਨਵੀਂ ਸੜਕ ਬਣੀ ਹੈਗੀ ਹੈ ਅਤੇ ਉੱਧਰੋਂ ਨੌਜਵਾਨ ਆ ਰਹੇ ਨੇ 2 ਚੜ੍ਹੇ ਹੋਏ ਮੋਪੜ ਦੇ ਉੱਪਰ ਵਾਈਟ ਕਲਰ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੀਲੀ ਚੀਜ਼ ਜਾਂ ਹੈਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇਹਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲੱਗੇ ਨਾਕਾ ਲਗਾ ਲਿਆ ਨਾਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਆਉਂਦੀ ਹੋਈ ਮੋਪੜ ਨੂੰ ਰੋਕਿਆ ਬਰਾਬਰ ਇਸ ਤਰ੍ਹਾਂ ਕਿ ਆਪਣੇ SSP ਸਾਹਿਬ ਅੰਮ੍ਰਿਤਸਰ ਦਿਹਾਤੀ ਸਰਦਾਰ ਸਤਿੰਦਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਆ ਭੈੜੇ ਅੰਸਰਾਂ ਸੰਬੰਧ ਵਿੱਚ ਮੌਕੇ 'ਤੇ ਗਸ਼ਤ ਮੌਜੂਦ ਸੀ ਇਲਾਕਾ ਦੌਰਾਨ ਗਸ਼ਤ ਆਪਣੇ SHO ਸਾਹਿਬ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋ ਰਤਨ ਦੀ ਸਾਈਡ ਤੋਂ ਜਿਹੜਾ ਸੈਕਿੰਡ ਲਾਈਨ 500 ਉੱਪਰ ਨਵੀਂ ਸੜਕ ਬਣੀ ਹੈਗੀ ਹੈ ਉਹਦੇ ਨੌਜਵਾਨ ਆ ਰਹੇ ਨੇ 2 ਚੜ੍ਹੇ ਹੋਏ ਮੋਪੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੀਲੀ ਚੀਜ਼ ਜਾਂ ਹੈਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇਹਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲੱਗੇ ਨਾਕਾ ਲਗਾ ਲਿਆ ਨਾਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਆਉਂਦੀ ਹੋਈ ਮੋਪੜ ਨੂੰ ਰੋਕਿਆ ਰੋਕ ਕੇ ਇਹਨਾਂ ਨੇ ਇਹਦਾ ਮੇਨ ਟਾਈਮ ਮੈਨੂੰ ਉਹਨਾਂ ਨੇ ਫੋਨ ਕਰ ਦਿੱਤਾ ਮੌਕੇ 'ਤੇ ਮੈਂ ਵੀ ਪਹੁੰਚ ਜਾਂਦਾ ਜੀ ਥੋੜ੍ਹੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਪੁੱਛਗਿੱਛ ਦੇ ਦੌਰਾਨ ਮੇਰੀ ਮੌਜੂਦਗੀ ਦੇ ਵਿੱਚ ਇਹਨਾਂ ਦੀ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਜੈਕਟ ਦੇ ਅੰਦਰਲੇ ਪਾਸੇ ਲਿਫਾਫਾ ਜਿਹੜਾ ਉਹ ਆਪਾਂ ਦੇਖਦੇ ਹਾਂ ਉਹਦੇ ਵਿੱਚ 2 ਅੱਧਾ ਕਿਲੋ ਦੇ ਪੈਕਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹੈਰੋਇਨ ਦੇ ਬਣਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ 'ਤੇ ਪੁੱਛਗਿੱਛ ਕੀਤੀ ਜਾਂਦੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਉੱਥੇ ਮੌਕੇ 'ਤੇ ਜੋ ਵੀ ਕਾਰਵਾਈ ਹੈਗੀ ਹੈ ਉਹ ਤੋਂ ਬਾਅਦ ਆਪਾਂ ਇਹਨੂੰ ਲਿਆ ਕੇ FIR ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ 'ਤੇ ਲੈਂਦੀ ਜਾ ਰਹੀ ਹੈ ਇਹ ਐਕਚੁਅਲੀ ਨੌਜਵਾਨ ਦੋਵੇਂ ਕੋਰਟ ਖਾਲਸਾ ਤੇ ਕੋਰਟ ਆਰਮਾ ਦੇ ਰਹਿਣ ਵਾਲੇ ਅੰਮ੍ਰਿਤਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦ
ਮੌਕੇ ਤੇ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਹਾਂ। ਅੱਜ ਮੈਂ ਇਹੀ ਤੁਹਾਨੂੰ ਦੱਸ ਰਿਹਾ, ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ, ਉਹ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੱਤੇ ਜਾਣਗੇ। ਉਹਦੇ ਵੀ ਆਪਾਂ ਡੋਪ ਟੈਸਟ ਕਰਾਵਾਂਗੇ ਜੀ, ਚੱਲਿਆਂ ਲਿਆ ਜਾਣਾ ਤਾਂ ਮੈਡੀਕਲ ਵੀ ਕਰਾਵਾਂਗੇ ਜੀ, ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡਾ ਜ਼ਰੂਰ ਸਾਂਝੇ ਕਰਾਂਗੇ। ਬੈਕਵਰਡ ਇਹਦੇ ਵਿੱਚ ਹਾਂ, ਉਹਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਜਿਹੜੇ ਉਹ ਕੱਢ ਰਹੇ ਹਾਂ, ਜਿਹੜੇ ਜਿਹੜੇ ਵੀ ਨਾਲ ਇਹਨਾਂ ਦੇ ਐਸੋਸੀਏਟ ਹੋਣਗੇ ਉਹ ਆਪਾਂ ਜ਼ਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸਦੇ ਹਾਂ। ਮੰਗਵਾ ਲੈਂਦੇ ਨੇ, ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਹੈ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਹਾਂ, ਔਰ ਜੋ ਵੀ ਉਹਦੇ ਵਿੱਚੋਂ ਤੱਥ ਆਉਣਗੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੱਤੇ ਜਾਣਗੇ। ਥੈਂਕ ਯੂ। ਐਸਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਸਰਦਾਰ ਸਤਿੰਦਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਆ ਭੈੜੇ ਅੰਸਰਾਂ ਸੰਬੰਧ ਵਿੱਚ
ਮੌਕੇ ਤੇ ਗਸ਼ਤ ਮੌਜੂਦ ਸੀ ਇਲਾਕਾ ਦੌਰਾਨ। ਗਸ਼ਤ ਆਪਣੇ SHO ਸਾਹਿਬ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋ ਰਤਨ ਦੀ ਸਾਈਡ ਤੋਂ ਜਿਹੜਾ ਸੈਕਿੰਡ ਲਾਈਨ 500 ਉੱਪਰ ਨਵੀਂ ਸੜਕ ਬਣੀ ਹੈਗੀ ਹੈ ਅਤੇ ਉੱਧਰੋਂ ਨੌਜਵਾਨ ਆ ਰਹੇ ਨੇ, ਦੋ ਚੜ੍ਹੇ ਹੋਏ ਮੋਪੜ ਦੇ ਉੱਪਰ ਬਾਈਕ ਕੋਲ। ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੀਲੀ ਚੀਜ਼ ਜਾਂ ਹੈਰੋਇਨ ਬਰਾਮਦ ਹੋ ਸਕਦੀ ਹੈ। ਇਹਨਾਂ ਨੇ ਇਹਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲਾਗੇ ਨਾਕਾ ਲਗਾ ਲਿਆ। ਨਾਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਆਉਂਦੀ ਹੋਈ ਮੋਪੜ ਨੂੰ ਰੋਕਿਆ। ਬਰਦਰ, ਇਸ ਤਰ੍ਹਾਂ ਕੇ ਆਪਣੇ SSP ਸਾਹਿਬ ਅੰਮ੍ਰਿਤਸਰ ਦਿਹਾਤੀ ਸਰਦਾਰ ਸਤਿੰਦਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਆ ਭੈੜੇ ਅੰਸਰਾਂ ਸੰਬੰਧ ਵਿੱਚ ਮੌਕੇ ਤੇ ਗਸ਼ਤ ਮੌਜੂਦ ਸੀ ਇਲਾਕਾ ਦੌਰਾਨ। ਗਸ਼ਤ ਆਪਣੇ SHO ਸਾਹਿਬ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋ ਰਤਨ ਦੀ ਸਾਈਡ ਤੋਂ ਜਿਹੜਾ ਸੈਕਿੰਡ ਲਾਈਨ 500 ਉੱਪਰ ਨਵੀਂ ਸੜਕ ਬਣੀ ਹੈਗੀ ਹੈ ਕਿ ਉਹਦੇ ਨੌਜਵਾਨ ਆ ਰਹੇ ਨੇ, ਦੋ ਚੜ੍ਹੇ ਹੋਏ ਮੋਪੜ ਦੇ ਉੱਪਰ ਵਾਈਟ ਕਲਰ ਦੀ। ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੀਲੀ ਚੀਜ਼ ਜਾਂ ਹੈਰੋਇਨ ਬਰਾਮਦ ਹੋ ਸਕਦੀ ਹੈ। ਇਹਨਾਂ ਨੇ ਇਹਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲਾਗੇ ਨਾਕਾ ਲਗਾ ਲਿਆ। ਨਾਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਆਉਂਦੀ ਹੋਈ ਮੋਪੜ ਨੂੰ ਰੋਕਿਆ। ਰੋਕ ਕੇ ਇਹਨਾਂ ਨੇ ਇਹਦਾ ਮੇਨ ਟਾਈਮ ਮੈਨੂੰ ਉਹਨਾਂ ਨੇ ਫੋਨ ਕਰ ਦਿੱਤਾ ਹੈ। ਮੌਕੇ ਤੇ ਮੈਂ ਵੀ ਪਹੁੰਚ ਜਾਂਦਾ ਜੀ ਥੋੜ੍ਹੀ ਦੇਰ ਬਾਅਦ। ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਪੁੱਛਗਿੱਛ ਦੇ ਦੌਰਾਨ ਮੇਰੀ ਮੌਜੂਦਗੀ ਵਿੱਚ ਇਹਨਾਂ ਦੀ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ। ਜੈਕਟ ਦੇ ਅੰਦਰਲੇ ਪਾਸੇ ਦਾ ਲਿਫਾਫਾ ਜਿਹੜਾ ਉਹ ਆਪਾਂ ਦੇਖਦੇ ਹਾਂ, ਉਹਦੇ ਵਿੱਚ ਦੋ ਅੱਧਾ ਅੱਧਾ ਕਿਲੋ ਦੇ ਪੈਕਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹੈਰੋਇਨ ਦੇ ਬਣਦੇ ਸੀਗੇ। ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁੱਛਗਿੱਛ ਕੀਤੀ ਜਾਂਦੀ ਹੈ। ਪੁੱਛਗਿੱਛ ਕਰਨ ਤੋਂ ਬਾਅਦ ਉੱਥੇ ਮੌਕੇ ਤੇ ਜੋ ਵੀ ਕਾਰਵਾਈ ਹੋਈ ਹੈ ਉਹ ਤੋਂ ਬਾਅਦ ਆਪਾਂ ਨੂੰ ਲਿਆ ਕੇ FIR ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਤੇ ਲੈਂਦੀ ਜਾ ਰਹੀ ਹੈ। ਨੌਜਵਾਨ ਦੋਵੇਂ ਕੋਟ ਖਾਲਸਾ ਤੇ ਕੋਟ ਆਰਮਾ ਦੇ ਰਹਿਣ ਵਾਲੇ ਅੰਮ੍ਰਿਤਸਰ ਦੇ। ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਦੋਵਾਂ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾ ਲੈਂਦੇ ਸੀ ਕਿਤੇ ਦੂਰ ਤੋਂ। ਉਸੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੁਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨ ਇਹਨਾਂ ਨੂੰ ਰੋਕਿਆ ਜਾਵੇ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ। ਸੋ ਸਾਡੀ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਉਹ ਆਪਾਂ ਕਰ ਰਹੇ ਹਾਂ। ਅੱਜ ਮੈਂ ਇਹੀ ਤੁਹਾਨੂੰ ਦੱਸ ਰਿਹਾ, ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ। ਉਹ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੱਤੇ ਜਾਣਗੇ। ਉਹਦੇ ਵੀ ਆਪਾਂ ਡੋਪ ਟੈਸਟ ਕਰਾਵਾਂਗੇ ਜੀ, ਚੱਲਿਆ ਲਿਆ ਜਾਣਾ ਦਾ ਮੈਡੀਕਲ ਵੀ ਕਰਾਵਾਂਗੇ ਜੀ। ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡਾ ਜ਼ਰੂਰ ਸਾਂਝੇ ਕਰਾਂਗੇ। ਬੈਕਵਰਡ ਇਹਦੇ ਵਿੱਚ ਹਾਂ ਉਹਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਜਿਹੜੇ ਉਹ ਕੱਢ ਰਹੇ ਹਾਂ। ਜਿਹੜੇ ਜਿਹੜੇ ਵੀ ਨਾਲ ਇਹਨਾਂ ਦੇ ਐਸੋਸੀਏਟ ਹੋਣਗੇ ਉਹ ਆਪਾਂ ਜ਼ਰੂਰ ਇਹਨਾਂ ਨੂੰ ਟੈਂਗਲ ਕਰਕੇ ਤੁਹਾਨੂੰ ਦੱਸ ਦਿਆਂਗੇ। ਵੈਰੀਫਾਈ ਕਰ ਲਈਏ ਜੀ, ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ। ਪਾਕਿਸਤਾਨ ਨਾਲ ਲਿੰਕ ਇਹਨਾਂ ਦੇ ਮੋਬਾਈਲ ਤੇ ਤੇਲਾ ਚੈੱਕ ਕੀਤੇ। ਹਾਂ ਬਿਲਕੁਲ ਬ੍ਰਦਰ, ਇਸ ਤਰ੍ਹਾਂ ਜਦੋਂ ਇਹ ਮੰਗਵਾਉਂਦੇ ਨੇ ਕਿਤੇ ਨਾ ਕਿਤੇ ਇਹਨਾਂ ਦੇ ਲਿੰਕ ਤੇ ਜੁੜਦੇ ਹੋਣਗੇ ਨਾ ਜੀ, ਤਾਂ ਜਦੋਂ ਇੱਥੇ ਮੰਗਵਾ ਲੈਂਦੇ ਨੇ। ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਹੈ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਹਾਂ ਔਰ ਜੋ ਵੀ ਉਹਦੇ ਵਿੱਚੋਂ ਤੱਥ ਆਉਣਗੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੱਤੇ ਜਾਣਗੇ। ਥੈਂਕ ਯੂ।